स्वागत है किसान वीरों तुहाडा अपने यूट्यूब चैनल ढिल्लो डेयरी फार्म बरनाला दे विच। जिहड़े किसान वीर अपने इस चैनल दे पहली बार वीडियो देख रहे हैं उन्हां नूं रिक्वेस्ट है कि अपने यूट्यूब चैनल नूं सबसक्राइब कर लिओ ते नाल लग्गिया बैल आइकॉन का बटन जरूर प्रेस कर लिओ तां जो अपनी हर नवीं आउण वाली वीडियो का नोटिफिकेशन सब तो पहला तुहानूं मिल सके। सो किसी भी वीर ने इदां दी ऐड करवाउणी होवे तां तुसीं मेरे नाल कनैक्ट कर सकदे हो। मेरा मोबाइल नंबर है 84 270 19 817। सो भी अज्ज आपां पहुंचा वीर प्रदीप कोले, काफ़ी सारे नाग वीर कोल फॉर सेल आ, देख सकते हो लंबी कतार दे विच पशु खड़े आ। एक इन्हां विचों सुई ते बाकी पशु हैगा गब्बन फॉर सेल। पहला आप स्टार्ट करते हैं क्रॉस ब्रीड, दूजे नंबर पर गरलैंडो आ गई, तीजे नंबर पर आ गई अपनी साहीवाल, तो बाकी सारी इनफॉर्मेशन तुहाडे नाल विद रेट आप कन्फर्म कराएं किन्ना मिल के कपैसिटी है, किन्ने दिन सूट बाकी आ। थोड़ी वीडियो लंबी जरूर हो अपने एंड तक देखने, सारे का तहे दिल तो धन्यवाद होगा। सत श्री अकाल वीरे। हाँ जी, नाम एड्रैस बोल रहे जी अपना, डिटेल नाम प्रदीप सिंह जी, पिंड लोहागेड़ा, जिला संगरूर जी। ਤੇ ਮੋਬਾਈਲ ਨੰਬਰ ਵੀਰੇ ਆਪਣਾ? ਮੋਬਾਈਲ ਨੰਬਰ ਹੈਗਾ 95308019। 95308019। ਹਾਂਜੀ ਵੀਰੇ, ਜਦੋਂ 5 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਕਿੰਨੇ ਨਾਗ ਟੋਟਲ ਅੱਜ ਆਪਣੇ ਕੋਲ ਸੇਲ ਆ? ਆਪਣੇ ਕੋਲ ਭਾਈ ਜੀ ਅੱਜ 10 ਜਨਵਰੀ। ਠੀਕ ਆ, ਟੋਟਲ 10 ਨਾਗ ਆ। ਹਾਂ, ਕਿਉਂਕਿ ਪਿਛਲੀ ਵਾਰੀ ਆਪਾਂ ਨੇ ਇੱਕ ਵੀ ਵੀਡੀਓ ਬਣਾਈ ਸੀ ਉਹਦੇ ਆਪਾਂ ਜਿਹੜੇ ਜਨਵਰ ਸੀ ਬਹੁਤ ਵਧੀਆ, ਸਾਰੇ ਵਧੀਆ ਬੰਦੇ ਲੈ ਕੇ ਗਏ ਨੇ ਜਿੰਨੇ ਵੀ ਆਏ ਨੇ। ਠੀਕ ਆ, ਵਧੀਆ ਰਿਸਪੌਂਸ ਮਿਲਦਾ ਆਪਣੀ ਵੀਡੀਓ ਨੂੰ। ਜਿਹੜੇ ਵੀਡੀਓ ਤੇ ਆਪਣੇ ਵੀਰ ਆਏ ਨੇ ਵਧੀਆ ਬੰਦੇ ਆਏ ਨੇ, ਜਿੱਦਾਂ ਕਹਿੰਦਾ ਮਤਲਬ ਸਾਰੇ ਵਧੀਆ ਬੰਦੇ ਆਏ ਸੀਗੇ ਤੇ ਸਾਰੇ ਜਨਵਰ ਆਪਣੇ ਸ਼ੇਲ ਹੋ। ਉਸ ਤੋਂ ਬਾਅਦ ਆਪਾਂ 14 15 ਜਨਵਰ ਹੋਰ ਵੀ ਸੇਲ ਕਰਦੇ ਨੇ ਵੀਡੀਓ ਦੇ ਥਰੂ। ਠੀਕ ਹੈ, ਜਿਹੜੇ ਜਿਹੜੇ ਬਾਈਆਂ ਨੇ ਲੈਣੇ ਸੀਗੇ। ਠੀਕ ਹੈ, ਤੇ ਅੱਜ ਆਪਾਂ ਹਜੇ ਪਹਿਲੇ ਨੰਬਰ ਜਿਹੜੇ ਆਪਾਂ ਬੈਠ ਦੇਖਦੇ ਪਏ ਆ ਇਹਦੀ ਡਿਟੇਲ ਕੀ ਆ, ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਤੇ ਕਿਹੜਾ ਸੂਆ ਸੂਈ ਆ? ਜੀ, ਕੱਲ ਸੂਈ ਆ ਜੇਰ ਜੂਰ ਰੁਕਿਆ, ਇਹਦੇ ਮੰਗਰ ਬੱਚਾ ਬਹੁਤ ਸੋਹਣਾ ਦਾ 50053 ਦਾ ਬੱਚਾ ਹੈ। चंगी ब्रीड तैयार होनी है बच्चे ਤੇ ਦੁੱਧ ਬੋਲਾ ਵਗੈਰਾ ਕਿੰਨਾ ਕਰਨਾ ਪਿਆ ਇਹਦਾ ਹਲੇ? ਬੋਲਾ ਭਾਈ ਜੀ ਮਨ ਕੀ ਸਵੇਰੇ ਕੱਢਾਈ 8-9 ਕਿਲੋ ਆਪਾਂ ਨੇ। ਠੀਕ ਹੈ, ਤੇ ਕੱਲ ਸ਼ਾਮ ਨੂੰ ਸੂਈ ਸੀ ਜੇਰ ਜੂ ਰੋਕ ਗਿਆ, ਠੰਡੀ ਸੀਲ ਚਵਾਈ ਸੂਈ ਦੇ ਨੰਬਰ ਅਗਰੇ। ਠੀਕ ਹੈ, ਤੇ ਛੋਟੇ ਹਿਸਾਬ ਨਾਲ ਦੁੱਧ ਕਿੰਨਾ ਪਾ ਦੋਗੇ ਵੀਰੇ? ਵੀਰੇ ਵਧੀਆ, ਜਿੱਦਾਂ ਹੈਗਾ ਹੁਣ ਤਾਂ ਗਰਮੀ ਦਾ ਮੌਸਮ ਆ ਨਾ। ਠੀਕ ਹੈ, ਵੀ ਉਸ ਹਿਸਾਬ ਨਾਲ ਇਹ ਜਿੱਦਾਂ ਆਪਣੇ ਘਰੇ ਰੱਖਣ ਵਾਲਾ ਜੱਪ ਕਿਦਾਂ ਦਾ ਵੀ ਵੀਰਾ, ਉਹਦੇ ਲਈ ਬਹੁਤ ਵਧੀਆ ਚੀਜ਼ ਆ ਨਾ, ਤੇ ਨਹੀਂ ਗਰਮੀ ਮੰਨਣੀ ਆ, ਇਹ ਮਿਕਸ ਚ ਆ ਗਈ ਵੀਰੇ, ਕ੍ਰੋਸ ਆ ਗਈ। ਹਾਂ, ਨਾਲ ਤਾਂ ਇਹ ਮੰਨ ਕੇ ਨਸਲ ਚ ਨਾਲੇ ਕ੍ਰੋਸ ਚ ਦੋਨੇ ਚੀਜ਼ਾਂ ਮਿਕਸ ਹੋ ਗਈਆਂ। ਹਾਂ, ਫੈਟ ਵੀ ਚੰਗੀ ਹੋ ਵਰਤਦੇ? ਫੈਟ ਹਾਂ ਵੀਰੇ, ਫੈਟ ਇੱਕ ਲਗਭਗ ਜਿਵੇਂ ਵੀ 5 4.5 ਹੋਊਗੀ ਇਹਨੀ ਪਾ ਦੂਗੀ। ਹਾਂ ਠੀਕ ਹੈ, ਮੰਨ ਲਾ ਜੇ ਅੱਜ ਆਪਦੀ 2-3 ਆ ਤਾਂ ਇਹ ਦੁੱਧ ਡਬਲ ਜਾਊਗਾ। ਉਹਨੇ 26-27 ਕਿਲੋ ਦੁੱਧ ਦਿੱਤਾਗਾ, ਜੇ ਮੰਨ ਕੇ ਵੀ ਵਧੀਆ ਜੈਨੂਨ ਬੰਦੇ ਕਿਸੇ ਵਧੀਆ ਕੋਲੇ ਕੇਅਰ ਵਾਲੇ ਬੰਦੇ ਕੋਲੇ ਬਾਕੀ ਉੱਥੇ ਤਾਂ 30 ਕਿਲੋ ਦੇ ਦੂਗੀ, ਨਹੀਂ 25-26 ਕਿਲੋ ਤੋਂ ਵੱਧ ਦੁੱਧ ਦੇ ਮੈਂ ਇਹਨਾਂ ਰਾਵਣ ਪਾ ਦੂਗੀ। ਹਾਂ ਵੀਰੇ, ਰਾਵਣ ਤੇ ਇਹਦੀ ਡਿਮਾਂਡ ਆਪਾਂ ਕੀ ਕਰਦੇ ਆ? ਡਿਮਾਂਡ ਬਾਈ ਜੇ ਤਾਂ ਇਹਦੇ ਮੁੱਲ ਹੁਣ ਪਿਛਲੀ ਵਾਰ ਆਪਾਂ ਨੇ ਜਿੰਨੇ ਵੀ ਜਾਨਵਰ ਸੇਲ ਕੀਤੇ ਆ ਜਿਹੜੇ ਵੀਰ ਆਏ ਨੇ ਮੰਨ ਕੇ ਵਧੀਆ ਬੰਦੇ ਸਾਰਿਆਂ ਨੂੰ ਆਪਾਂ ਵੀ ਜਾਇਜ਼ ਰੇਟ ਹੁੰਦਾ ਵੀ 1000 2000 ਦਾ ਮਾਨ ਤਾਂ ਨਹੀਂ ਹੁੰਦਾ ਦਾ। ਠੀਕ ਹੈ, ਵੀ ਹੁਣ ਆਪਾਂ ਇਦਾਂ ਜਾਨਵਰ ਆਪਾਂ ਲੋਕਾਂ ਨੂੰ 90-95 ਹਜ਼ਾਰ ਮੰਗਲ ਉਹਦਾ ਵੀ ਕੋਈ ਫਾਇਦਾ ਨਹੀਂ। ਠੀਕ ਹੈ, ਇਹ ਆਪਾਂ ਵੀਰੇ 75,000 ਰੁਪਏ ਦੀ ਸੇਲ ਕਰਦਾ, ਥੋੜੀ ਬਹੁਤੀ ਗੁਜਾਇਸ਼ ਹੋ ਜੂਗੀ। ਹਾਂ, ਗੁਜਾਇਸ਼ ਹੋ ਵੀਰੇ, ਪਰ ਬਹੁਤ ਵਧੀਆ ਚੀਜ਼ ਆ, 1.5 ਲੱਖ ਮੱਝ ਤੇ ਲਾਉਣ ਦੀ ਜ਼ਰੂਰਤ ਨਹੀਂ। ਮਨ ਲਾ ਇਹਨੇ ਪੋਲੇ ਹੱਥ ਨਾਲ ਵੀ ਮੰਨ ਕੇ ਚੱਲੇ ਜੇ 23-24 ਤੋਂ ਟੁੱਟਦੀ ਨਹੀਂ, 25 ਕਿਲੋ ਤੋਂ ਵੱਧ ਦੇ ਵੀਰੇ ਗਾਰੰਟੀ ਦੇ ਨਾਲ 25 ਕਿਲੋ ਤੋਂ। ਠੀਕ ਹੈ, ਕਿਉਂਕਿ ਵੀਰੇ ਬੋਲਣ ਵਾਲਿਆਂ ਦਾ ਕੁਝ ਵੀ ਨਹੀਂ ਦੇਖਣਾ, ਹੁਣ ਜਿੱਦਾਂ ਆਪਣੇ ਕੋਲੇ ਹਰ ਰੋਜ਼ ਫੋਨ ਵੀ ਆਉਂਦੇ ਨੇ ਦੇਖਣਾ। ਠੀਕ ਹੈ, ਵੀ ਬੋਲਣ ਵਾਲਿਆਂ ਦਾ ਹੁਣ ਕਮੈਂਟ ਕਰਨ ਵਾਲਿਆਂ ਦਾ ਵੀ ਕੋਈ ਹੁੰਦਾ ਨਹੀਂ, ਕਿਉਂਕਿ ਜਿਹੜੀ ਚੀਜ਼ ਜਿਹੜੇ ਬੰਦੇ ਨੇ ਕਦੇ ਘਰੇ ਨਹੀਂ ਰੱਖੀ ਉਹ ਵੀ ਕਮੈਂਟ ਮਾਰ ਦਿੰਦਾ ਹੁੰਦਾ, ਜਿਹੜੇ ਬੰਦੇ ਨੇ ਨਹੀਂ ਵੀ ਗਾਂ ਲੈਣੀ ਉਹ ਵੀ ਆਪਾਂ ਨੂੰ ਫੋਨ ਕਰਦੇ ਰਹਿੰਦੇ ਨੇ ਬਈ ਤੁਸੀਂ ਵੀਡੀਓ ਕਦੋਂ ਅਪਲੋਡ ਕਰਾਉਂਗੇ ਕਦੋਂ ਅਪਲੋਡ। ਠੀਕ ਹੈ, ਠੀਕ ਹੈ। ਸੋ ਅੱਜ ਆਪਾਂ 10 ਨਾਗ ਦਿਖਾਉਣੇ ਪਏ ਆ ਤੇ ਇਹ ਤੋੜ ਕੇ ਦਿਖਾ ਦਈਏ ਆਪਾਂ। ਸੋ ਪਹਿਲੇ ਨੰਬਰ ਵਾਲੇ ਦੂਜਾ ਸੂਆ ਤਾਜੀ ਸੂਈ ਸਵਾਈਆ ਲੇਵਾ ਵਗੈਰਾ ਤੁਸੀਂ ਦੇਖ ਸਕਦੇ ਹੋ, ਪੂਰਾ ਸੋਹਣਾ ਤੇ ਕੰਮ ਦਾ ਚੰਗਾ ਸਾਫ ਸੁਥਰਾ ਲੇਵਾ ਹੈਗਾ। 1-1 ਵਜੇ ਦੇ ਆਸ-ਪਾਸ ਦਾ ਆਪਣਾ ਟਾਈਮ ਆ ਵੀਡੀਓ ਕਵਰ ਕਰਨ ਦਾ। ਆ ਥਣ ਲੇਵਾ ਦੇਖੋ, ਬਹੁਤ ਹੀ ਸੋਹਣਾ ਤੇ ਚੰਗਾ ਕੰਮ ਦਾ ਸਾਫ ਸੁਥਰਾ ਲੇਵਾ ਲੱਗਿਆ ਹੋਇਆ ਇਹਦੇ, ਤੇ ਮੁੱਲ ਕੀਤਾ ਵੀ ਇਹਨੇ ਦਾ 75,000। 25 ਕਿਲੋ ਦੁੱਧ ਇਹਨੇ ਆਰਾਮ ਨਾਲ ਦੇ ਦੇਣਾ ਹੈਗਾ, ਤੇ ਲੇਵਾ ਦੇਖੋ ਬਾ ਕਮਾਲ, ਪੂਰੇ ਸੋਹਣਾ ਸਾਫ ਸੁਥਰਾ ਤੇ ਚੰਗੇ ਲੇਵੇ ਦੀ ਹੈ ਜਮਾਂ, ਤੇ ਚਾਰੇ ਥਣ ਗੈਪ ਤੇ ਨਿਖੜ ਮੇ ਲੱਗੇ ਹੋਏ। ਇਹ ਸੀ ਪਹਿਲੇ ਨੰਬਰ ਤੇ, ਪਿੱਛੇ ਬੱਚੀ ਫੀਮੇਲ ਬਹੁਤ ਚੰਗੀ ਕੰਮ ਦੀ ਪਿਆਰੀ ਬੱਚੀ ਆ, ਆਰਡਰ ਕੁਆਲਿਟੀ ਦੇਖ ਸਕਦੇ ਹੋ। ਤੇ ਬਾਕੀ ਇਹ ਗਰਮੀ ਮਨ ਮੇਨਟੇਨ ਕਰ ਲੈਂਦੇ ਪਹਿਲੇ ਨੰਬਰ ਵਾਲੀ। ਤੇ ਅੱਗੇ ਆ ਗਈ ਗਰਲੈਂਡੋ। ਸੋ ਉਹ ਬਹੁਤ ਜ਼ਿਆਦਾ ਵੀਰਾਂ ਦੀ ਡਿਮਾਂਡ ਰਹਿੰਦੀ ਹੈ, ਬ੍ਰਾਜ਼ੀਲ ਦੀ ਬਰੀਡ ਆ ਗਈ ਗਰਲੈਂਡੋ। ਆਪਣੇ ਥੋੜ੍ਹੀਆਂ ਪਿਓਰ ਆਪਾਂ ਕਹਿੰਦੇ, ਥੋੜ੍ਹੀ ਕਨੇ ਕੁਝ ਪਰਸੈਂਟੇਜ ਕ੍ਰੋਸ ਦੇ ਵਿੱਚ ਆ ਗਈਆਂ ਇੱਥੇ, ਮੰਨ ਕੇ ਚੱਲੋ ਜਿਹੜੇ ਆਪਾਂ ਵੀਰਾਂ ਤੋਂ ਲਈ ਆ ਨਾ। ਠੀਕ ਹੈ ਜੀ, ਆਪਾਂ ਉਹਨਾਂ ਨੇ ਮੰਨ ਕੇ ਸਿਮਣ ਮੰਗਾਏ ਸੀ ਇਸ ਟਾਈਮ, ਉਹਨਾਂ ਕੋਲੇ ਵੀ 2-3 ਹੋਰ ਵੀ ਜਾਨਵਰ ਆ ਜਿਹੜੇ ਹੈ ਤਾਂ ਥੋੜਾ ਮਿਕਸ ਚ ਨੇ। ਠੀਕ ਹੈ, ਮੰਨ ਕੇ ਹੈਗੇ, ਉਹਨਾਂ ਨੇ ਸਿਮਣ ਮੰਗਵਾਏ ਸੀਗੇ। ਠੀਕ ਹੈ, ਇਹ ਮੰਨ ਕੇ 40 ਕ੍ਰੋਸ ਗਾਂ ਦੇ ਸਿਮਣ ਲਵਾਏ ਸੀ ਉਹਨਾਂ ਨੇ ਬ੍ਰਾਜ਼ੀਲ ਦੇ, ਇਹਦੇ ਵਿੱਚ ਹੁਣ ਉਹਨੇ ਹੈਗੇ ਆ
ਠੀਕ ਹੈ, ਮੰਨ ਲਾ ਆਪਾਂ 70-75% ਹੁਣ ਮੰਨ ਸਕਦੇ ਹਾਂ, 70% ਮੰਨ ਕੇ ਗਿਰਲੈਂਡ ਹੋਗਾ, ਠੀਕ ਹੈ, ਕਿਉਂਕਿ ਇਹਦੇ ਵਿੱਚ ਵੀਰੇ ਗੁਣ ਹੈਗੇ ਆ, ਜਿੱਦਾਂ ਦੇ ਇਹਦੇ ਹੁੰਦੇ ਆ ਗੁਣ, ਉਹ ਸਾਰੇ ਹੈਗੇ ਅਡਰ ਝਾਲਰ, ਠੀਕ ਹੈ, ਸਾਰਾ ਕੁਝ ਲੇਵੇ ਦੀ ਬਣਤਰ, ਬਾਕੀ ਪੈਠਪੁੜੇ ਦੀ ਬਣਤਰ ਬਹੁਤ ਚੰਗੀ ਆ। ਆਹ ਜਿਹੜੀ ਦੇਖ ਸਕਦਾ ਜਮਾਂ ਬਿਲਕੁਲ, ਚਾਹੇ ਆਪਾਂ ਉਹ ਲਾ ਲਈਏ ਸਾੜ ਕਿਹਨੂੰ ਕਹਿੰਦੇ ਹੁੰਦੇ ਆ, ਸੂਤ ਵਗੈਰਾ ਪੂਰੀ ਸਿੱਧੀ ਜਾਂਦੀ ਵੀ ਆ ਢੂਹੀ, ਅਤੇ ਅਡਰ ਦੇਖ ਸਕਦੇ ਹੋ, ਅਤੇ ਬਾਕੀ ਸੀਲ ਠੰਡੀ ਨਸਲ ਬਹੁਤ ਜ਼ਿਆਦਾ ਠੰਡੀ ਹੈਗੀ ਨਸਲ, ਆਹ ਦੇਖੀ ਚਲੋ ਜਮਾਂ ਕਿਆ ਬਾਤ ਆ, ਬਹੁਤ ਸੋਹਣੀ ਅਤੇ ਲੇਵਾ ਦੇ ਚਾਰੇ ਥਣ, ਆਹ ਦੂਸਰੀ ਸਾਈਡ 'ਤੇ ਥਣ ਨਹੀਂ ਦਿਖਾਈ ਦਿੰਦਾ ਪਿਆ ਜਮਾਂ, ਭਾਵੇਂ ਆਪਾਂ ਉਹ ਲਾ ਲਈਏ ਕੀ ਕਹਿੰਦੇ ਹੁੰਦੇ ਆ ਫੀਤਾ ਵਗੈਰਾ ਲਾ ਕੇ, ਅਤੇ ਬਾਕੀ ਧੁੰਨ ਵਗੈਰਾ ਦੇਖ ਸਕਦੇ, ਆਹ ਮਿਲ ਕੇ ਮੈਨੂੰ ਬਹੁਤ ਚੰਗੀ ਜਾਂਦੀ ਵੀ ਇਹਦੇ, ਆਹ ਅੱਗੇ ਦਾ ਨਿਸ਼ਾਨ ਦੇਖ ਸਕਦੇ ਹੋ, ਆਹ ਚੀਜ਼ ਹੁੰਦੀ ਆ ਕਰੈਕਟਰ ਇੱਥੇ, ਇਹ ਆਪਣੀ ਗਰਲੈਂਡੋ ਨਾਲ ਅਟੈਚਮੈਂਟ ਹੈ ਇਹਦੀ ਪੂਰੀ, 70% ਨੂੰ ਗਰਲੈਂਡੋ ਮੰਨ ਸਕਦੇ ਹਾਂ। ਅਤੇ ਫਿਰ ਸੂਆ ਕਿਹੜਾ ਸੁਣਿਆ ਦੂਸਰਾ, ਦੂਸਰਾ ਸੂਆ ਵੀਰੇ 6 ਦੰਦ, 6 ਦੰਦ ਮੂੰਹ, ਅਤੇ ਦਿਨ ਕਿੰਨੇ ਪਿੰਡ ਨਿਕਲੇ ਕਿ ਨੈਟ, ਵੀਰੇ ਅੱਜ ਇਹਦੇ 7 ਦਿਨ, ਅਤੇ ਕਪੈਸਿਟੀ ਕਿੰਨਾ ਪਾਉ ਦੁੱਧ, ਕਪੈਸਿਟੀ ਬਾਈ ਇਹ 30 ਕਿਲੋ ਦੁੱਧ ਦੇ, ਬਹੁਤ ਆਰਾਮ ਆਰਾਮ, ਬਾਕੀ ਫੈਟ ਵੀ ਵਧੀਆ ਹੁੰਦੇ ਨੇ ਇਹਦੀ, ਫੈਟ ਵੀ ਵਧੀਆ ਹੁੰਦੇ ਵੀਰੇ, ਹੋਰਾ ਵੀ ਇਹ ਸ਼ਾਂਤ ਬਹੁਤ ਜ਼ਿਆਦਾ ਹੁੰਦੀ ਆ, ਆਪਾਂ ਪਹਿਲਾਂ ਵੀ ਗਰਲੈਂਡੋ ਵੇਚੀ ਆਪਣੇ ਚੈਨਲ ਤੇ, ਠੀਕ ਹੈ, ਉਹ ਵੀ ਦੇਖੋ ਵੀ ਬਹੁਤ ਜ਼ਿਆਦਾ ਸ਼ਾਂਤ ਹੁੰਦੀ ਆ, ਮਨ ਕਿ ਇਹਦੇ ਵਿੱਚ ਉਹ ਹੁੰਦਾ ਨਹੀਂ ਕੋਈ ਵੀ, ਇਦਾਂ ਵੀ ਦੇਖੋ ਵੀ ਕੁਝ ਵੀ ਜਿੱਧਰ ਨੂੰ ਇਹਨੂੰ ਮਰਜ਼ੀ ਕਰ ਲਓ ਕੋਈ ਦਿੱਕਤ ਨਹੀਂ, ਠੀਕ ਹੈ, ਸੀਲ ਠੰਡੀ ਬਰੀਡ ਆ ਗਈ ਪੂਰੀ, ਜ਼ਿਆਦਾ ਹੁੰਦੀ ਆ, ਤੇ ਇਹਦਾ ਮੁੱਲ ਫਿਰ ਕੀ ਕਰਦੇ ਬਾਈ, ਮੁੱਲ ਇਹ ਦੇ ਦਾਂਗੇ 85,000, ਖੋਲ ਕੇ ਤੋੜ ਕੇ ਦਿਖਾ ਦਿਓ, ਸਿਰ 85,000 ਦੀ ਇੱਕ ਮੰਨ ਕੇ ਚੱਲੋ, ਜਿਸ ਤਰ੍ਹਾਂ ਜਾਂ 1.25 ਲੱਖ ਲੈ 2 ਮੱਝਾਂ ਲੈਣੀਆਂ, ਅਤੇ ਉਸ ਹਿਸਾਬ 'ਤੇ ਇਹ ਹੈਗੀ ਦੁੱਧ, ਇਹ ਹਿਸਾਬ ਨਾਲ ਮੰਨ ਕੇ ਚਲੋ, ਜੇ 25 ਲੀਟਰ ਵੀ ਮੰਨ ਲਓ ਦੇ ਗਏ ਵੀਰ, 30 ਕਹਿੰਦਾ ਪਿਆ, ਅਤੇ 25 ਲੀਟਰ ਦੁੱਧ, ਅਤੇ ਬਹੁਤ ਔਖਾ ਮੱਝਾਂ ਪਾਉਂਦੀਆਂ ਹੁੰਦੀਆਂ, ਜਾ ਕੇ ਜੇ ਪਾਉਂਦੀਆਂ ਵੀ ਤਾਂ ਕਿੱਥੇ ਜਾ ਵੜਦੇ ਕੱਲ੍ਹ, ਅਤੇ ਬਾਕੀ ਬਰੀਡ ਬਹੁਤ ਚੰਗੀ ਠੰਡੀ ਹੈਗੀ ਜਮਾਂ, ਅਤੇ ਦਿਨ ਦੇ ਦਿਨ ਤੱਕ ਦੁੱਧ ਦਿੰਦੇ ਰਹਿੰਦੇ ਹੁੰਦੇ, 1-1.5 ਮਹੀਨਾ ਪਹਿਲਾਂ ਛੱਡਣ ਵਾਲੀਆਂ ਚੀਜ਼ਾਂ ਹੁੰਦੀਆਂ, ਦੁੱਧ ਡਰਾਈ ਕਰਨੀ ਪੈਂਦੀਆਂ ਇਹ, ਆ ਦੇਖ ਸਕਦੇ ਬਹੁਤ ਹੀ ਚੰਗਾ ਨਗੀਨਾ ਆਪਣਾ ਗਰਲੈਂਡੋ ਦਾ, ਅਡਰ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਆ, ਪੂਰਾ ਸਟਰਕਚਰ ਅਡਰ ਆ ਇਹਦਾ ਜਮਾਂ। ਹਾਂਜੀ ਵੀਰ, ਅੱਗੇ ਆਪਾਂ ਸਾਹੀਵਾਲ ਦੇਖਦੇ ਪਏ ਹੈਗੇ, ਅਤੇ ਇਹਦੀ ਕੀ ਡਿਟੇਲ ਆ, ਕਿਹੜਾ ਸੂਆ ਸੁਣਦੀ ਹੈ, ਆਪਣੇ ਬਹੁਤ ਡਿਮਾਂਡ ਆਉਂਦੀ ਜਿਹੜੀ ਆਪਾਂ ਪਹਿਲਾਂ ਸਾਹੀਵਾਲ ਵੇਚੀ ਸੀ ਨਾ, ਠੀਕ ਹੈ, ਬਹੁਤ ਵੱਡੇ ਅਡਰ ਵਾਲੀ, ਹਾਂ ਵੱਡੇ ਅਡਰ ਵਾਲੀ, ਉਹਦੇ ਕਰਕੇ ਆਪਾਂ ਨੂੰ ਬਹੁਤ ਬਾਈਆਂ ਦੇ ਫੋਨ ਆਉਂਦੇ ਵੀਰੇ, ਵੀ ਚੀਜ਼ ਹੋਵੇ ਸਾਹੀਵਾਲ ਦਾ ਰੇਟ ਰੂਟ ਲਾਉਣ ਦਾ ਕੋਈ ਦਿੱਕਤ ਨਹੀਂ, ਠੀਕ ਹੈ, ਉਹਦੇ ਕਰਕੇ ਵੀਰ ਪਿਓਰ ਸਾਹੀਵਾਲ ਆ, ਅਤੇ ਸੂਆ ਕਿਹੜਾ ਸੁਣੀਏ, ਦੂਸਰਾ ਵੀਰੇ 4 ਦੰਦ, ਉਹ 4 ਦੰਦ, ਪਹਿਲਾਂ ਖੀਰੀ ਸੂਈ ਹੋਣੀ ਫਿਰ, ਖੀਰੀ, ਠੀਕ ਹੈ, ਦਿਨ ਕਿੰਨੇ ਕੁ ਪਾ ਦੂ ਵਾਲੇ, ਦਿਨ ਬਾਈ ਇਹ ਹਫ਼ਤੇ ਤੋਂ ਪਲੱਸ ਕੱਟ ਜੂਗੀ ਹਲੇ, 1 ਹਫ਼ਤਾ, ਅਤੇ ਬਾਕੀ ਠੰਡੀ ਵਗੈਰਾ ਪੂਰੀ ਹੈ, ਸਰ ਉਹ ਦੇਖ ਸਕਦੇ ਪੂਰਾ, ਆਹ ਦੇਖੋ ਅੱਗੇ ਸਾਹਮਣੇ ਝਾਲਰ ਵਗੈਰਾ ਇਹਦੀ ਪੂਰੀ ਚੰਗੀ ਹੈ, ਅਤੇ ਥਣ ਬਹੁਤ ਚੰਗਾ ਕੰਮ ਦਾ ਲੱਗਿਆ ਹੋਇਆ, ਪੂਰੀ ਪਿਓਰ ਸਾਹੀਵਾਲ ਜਿਹਨੂੰ ਕਹਿ ਦਿੰਦੇ ਹਾਂ ਜਮਾਂ, ਅਤੇ ਇਹਦੇ ਪਰ ਦੁੱਧ ਪਾਉਣ ਦੀ ਕੀ ਉਮੀਦ ਆ, ਵੀਰੇ ਨੇ ਪਲੋਨ ਨੇ ਦਿੱਤਾ 15-16 ਕਿਲੋ ਦੁੱਧ, ਠੀਕ ਆ, ਪਾਦੂ 18 ਵੀ, ਆਰਾਮ ਨਾਲ ਦੇ, ਅਸਲ ਚੀਜ਼ ਆ ਬਾਈ, ਦੇਖ ਸਰ ਉਹ ਦੇਖ ਸਕਦੇ ਪਿਓਰ ਸਾਹੀਵਾਲ ਦੂਸਰਾ ਸੂਆ ਸੁਣਦੀ ਪਈ ਆ, ਅਤੇ ਦਿਨ ਕਿੰਨੇ ਕੁ ਪੈਣੇ ਗਾ ਨੈਟ ਜੇ, ਠੀਕ ਆ, 15+ ਤੁਹਾਡਾ ਦੁੱਧ ਆਰਾਮ ਨਾਲ ਪੋਲਿਆ ਸੁਣਾ, ਥੋੜਾ ਥੋੜਾ ਦੀ ਇੰਨੀ ਜ਼ਿਆਦਾ ਕੀ ਵਧੀਆ, ਕਹਿਣ ਦਾ ਮਤਲਬ ਵੀ ਜਿੱਦਾਂ ਆਪਾਂ ਕਹਿ ਦਿੰਦੇ ਆ, ਠੀਕ ਹੈ ਜੀ, ਬਹੁਤ ਜ਼ਿਆਦਾ, ਸੁਭਰਾ ਦੇਖੋ ਪੈਠਪੁੜੇ ਦੀ ਬਣਤਰ, ਅਤੇ ਅਡਰ ਬਹੁਤ ਚੰਗਾ, ਪੂਰਾ ਸੋਹਣਾ ਸਾਫ਼ ਸੁਥਰਾ, ਮੋਟਾ ਮੋਟਾ ਮੁੱਠੀ ਵਾਲਾ, ਬਿਲਕੁਲ ਮੱਝਾਂ ਵਰਗਾ ਥਾਣ ਲੱਗਿਆ ਹੋਇਆ ਜਿਹਨੂੰ ਕਹਿ ਦਿੰਦੇ ਪਿਓਰ ਸਾਹੀਵਾਲ ਦੂਸਰਾ ਸੂਆ ਸੁਣਦੀ ਪਈ ਆ, ਇਹ 10 ਕੁ ਦਿਨ ਹੈਗੇ ਨੈਟ ਇਹਦੇ ਸੂਣ ਦੇ ਵਿੱਚ, ਦੁੱਧ ਆਰਾਮ ਨਾਲ ਪਾਊ, 15-20 ਦੇ ਬਿਟਵੀਨ ਦੁੱਧ ਇਹਨੇ ਪਾ ਦੇਣਾ, ਚੀਜ਼ ਆ ਵੀਰੇ ਜਿਹਨੇ ਲੈਣੀ ਆ ਦੇਖ ਆਪਣੇ ਕੋਲੇ, ਵੀਡੀਓ ਦੇ ਉੱਪਰ ਦੇਖੋ, ਉਹ ਜਿਹੜੀ ਗਾਂ ਸੀ ਆਪਣੀ, ਆਪਾਂ ਉਹਦੀ ਡਿਮਾਂਡ ਹੀ 2,00,000 ਰੁਪਇਆ ਕੀਤੀ ਸੀ, ਠੀਕ ਹੈ, ਪਰ ਉਹ ਗਾਂ ਦਾ ਆਪਾਂ ਨੂੰ 1,70,000 ਰੁਪਏ ਵੀ ਦਿੰਦੇ ਸੀ, ਠੀਕ ਹੈ, ਕਿਉਂਕਿ ਚੀਜ਼ ਨਾ ਬਰੀਡ ਸੀ, ਹਾਂ ਜਿੱਦਾਂ ਹੁਣ ਇਹ ਬਰੀਡ ਆ ਵੀਰੇ, ਹੁਣ ਹਰ ਇੱਕ ਕਹਿ ਦਿੰਦਾ ਸਾਹੀਵਾਲ ਆ, ਪਰ ਇਹ 'ਚ ਹਰ ਇੱਕ ਕਰੈਕਟਰ ਆ, ਠੀਕ ਹੈ, ਅਤੇ ਇਹਦਾ ਫਿਰ ਮੁੱਲ ਆਪਾਂ ਹੀ ਕਰਦੇ ਹਾਂ, ਮੁੱਲ ਬਾਈ ਫੋਨ ਤੇ ਕਰ ਲਾਂਗੇ, ਕਈ ਵਾਰ ਕੋਈ ਵੇਚਣ ਵਾਲਾ ਬੰਦਾ ਲੈ ਲੈਂਦਾ ਫਿਰ ਅੱਗੇ ਦੀ ਅੱਗੇ ਦਿੱਕਤ ਆ ਜਾਂਦੀ ਆ, ਠੀਕ ਹੈ, ਜਿਹੜਾ ਵੀਰ ਨੇ ਲੈਣੀ ਆਪਾਂ ਇਹਦੀ ਫੋਨ ਤੇ ਡਿਮਾਂਡ ਕਰਨਾ, ਚਲੋ ਡਿਮਾਂਡ ਵੀਰ ਕਹਿੰਦੇ ਇਹਦੀ ਕਰਾਂਗੇ ਫੋਨ 'ਤੇ, ਅਸੀਂ 3 ਨੰਬਰ ਵਾਲੀ ਸਾਹੀਵਾਲ, ਅਤੇ ਅੱਗੇ ਗੱਲ ਕਰਨਾ 4th ਨੰਬਰ 'ਤੇ ਆਪਣੀ ਵੈਡ HF 'ਚ, ਅਤੇ ਬਾਈ ਦੂਜਾ ਸੂਆ ਸੁਣਦੀ ਆ, ਦੂਜਾ ਸੂਆ, ਅਤੇ ਦਿਨ ਕਿੰਨੇ ਕੁ ਪੈਂਦੇ ਆ ਇਹਦੇ, ਦਿਨ ਵੀਰ ਰਹਿੰਦੇ 15 ਦਿਨ, ਅਤੇ ਦੁੱਧ ਕਿੰਨਾ ਪਾਉਂਦੇ ਐਸਟੀਮੇਟ, ਦੁੱਧ ਬਾਈ ਜੀ 26 ਕਿਲੋ ਦੀ ਗਰੰਟੀ ਦੇ ਦੇਣਗੇ ਜਿਹੜਾ ਵੀਰ ਲਊਗਾ, 25 ਕਿਲੋ ਦੁੱਧ ਦੇ ਦੂ 26 ਕਿਲੋ, 26 ਕਿਲੋ 13 ਕਿਲੋ ਟਾਈਮ ਦੀ ਮਿਲਦੀ ਹੋਈ, ਇਹਦਾ ਮੁੱਲ ਆ, ਮੁੱਲ ਬਾਈ 62,000 ਦੀ, 62 ਦੀ ਸਿੰਗਲ ਰੇਟ ਆ ਬਸ, ਜਮਾ ਇਹਨਾਂ ਆਪਾਂ ਵੀ ਫਾਲਤੂ ਰੇਟ ਨਹੀਂ ਮੰਗਣਾ ਕਿਸੇ ਵੀ ਜਾਨਵਰ ਦਾ, ਠੀਕ ਆ, ਬਹੁਤ ਜ਼ਿਆਦਾ ਵੀਰੇ ਹਲੇ ਤਾਂ ਥਾਣ ਹਵਾਨਾ ਦੇਖ ਸਕਦੇ ਹੋ, ਬਹੁਤ ਹੀ ਸੋਹਣਾ ਕੰਮ ਦਾ, 62,000 ਦੀ ਨੈਟੇ ਹੋ ਜਾਣੀ ਆ, ਇਹ ਆਪਣੀ ਹੈਗੀ 4th ਨੰਬਰ 'ਤੇ, ਦੂਸਰਾ ਸੂਆ ਸੁਣਦੀ ਵੀ ਹੈ, ਲੇਵਾ ਸੋਹਣਾ ਸਾਫ਼ ਸੁਥਰਾ, ਅੱਗੇ ਗੱਲ ਕਰਦੇ ਆਪਾਂ 5ਵੇਂ ਨੰਬਰ ਬਾਰੇ, ਇਹ ਵੀਰ ਜੀ ਕ੍ਰੋਸ 'ਚ ਹੈਗੀ, ਕ੍ਰੋਸ HF ਦਾ ਕ੍ਰੋਸ ਆ, ਸੂਆ ਕਿਹੜਾ, ਇਹ ਦੂਜਾ ਸੂਆ, ਇਹਨੇ 24-25 ਕਿਲੋ ਦੁੱਧ ਦਿੱਤਾ, ਪਲੂਨ ਨੇ, ਹਾਂਜੀ, ਅਤੇ ਇਸ ਵਾਰ ਪਾ ਦੂ 25+, ਆਰਾਮ ਨਾਲ ਵੀਰੇ, ਠੀਕ ਹੈ, ਨੈਟ ਜੇ ਦੇਣ, ਇਹ ਵੀਰੇ ਹਫ਼ਤਾ ਕੱਢ ਜੂ ਹਲੇ, 1 ਹਫ਼ਤਾ ਨਹੀਂ ਕੱਢ ਦੇਣਾਗਾ, ਅਤੇ ਚੰਗਾ ਦੁੱਧ ਪਾਇਆ ਹੋਇਆ ਇਹ ਦੂਸਰਾ ਸੂਆ ਸੁਣਦੀ ਪਈ ਹੈ, ਆਹ ਦੇਖ ਸਕਦੇ ਅਡਰ ਕੁਆਲਿਟੀ, ਨਾੜਾ ਵੀ ਅਡਰ 'ਤੇ ਚੰਗੀਆਂ ਦਿਖਾਈ ਦਿੰਦੀਆਂ ਪਈਆਂ, ਆਹ ਦੇਖ ਸਕਦੇ ਮਿਲਕ ਮੈਨ, ਇਹਨਾਂ ਵੇਚ ਦੁੱਧ ਘੁੰਮ ਘੁੰਮਾਉਣਾ ਜਾਵਾਂ, ਅਤੇ ਥਣ ਬਹੁਤ ਚੰਗਾ, ਸੋਰੀ ਮਿਲਕ ਮੈਨ ਬਹੁਤ ਚੰਗੀ ਜਾਂਦੀ ਪਈ, ਇਹਦਾ ਵੀਰੇ ਮੁੱਲ ਫਿਰ ਆਪਾਂ ਕੀ ਕਰਦੇ ਹਾਂ,
दूसरा सुबह सुनी पी आ थान लेवा बहुत बेकमाल है जमा साफ सुथरा चंगा फुल क्वालिटी अगे गल करते भी आप सातवे नंबर बारे ढिल ਸਤਵਾਂ ਨੰਬਰ ਪੈਂਟ ਹਜ਼ਾਰ ਦਾ ਹੋ ਜਾਣਾ ਗਾ ਤੇ ਦੁੱਧ ਚੰਗਾ ਪਾਊਗੀ ਦੰਦਾਂ ਦੇ ਵਿੱਚ ਆ ਬੱਚੀ ਦੂਸਰਾ ਸੂਆ ਸੁਣਦੀ ਪਈ ਆ ਆ ਦੇਖ ਸਕਦੇ ਹਾਈਟ ਕੁਆਲਿਟੀ ਵਗੈਰਾ ਚੰਗੀ ਸਮੀ ਬੜੀ ਜਾਨ ਵਾਲੀ ਬੈਠ ਆ ਜਮਾਂ ਕੋਈ ਵੀ ਪਸ਼ੂ ਬਿਲਕੁਲ ਲਿੱਸਾ ਵਗੈਰਾ ਹੈ ਨਹੀਂ ਅਸੀਂ ਸੱਤਵਾਂ ਨੰਬਰ ਹਾਂਜੀ ਵੀਰ ਅੱਗੇ ਬੈਠਾ ਦੇਖਦੇ ਪਏ ਅੱਠਵਾਂ ਨੰਬਰ 'ਤੇ ਪਸ਼ੂ ਜੀ ਇਹਦੀ ਡਿਟੇਲ ਕੀ ਆ ਇਹ ਬਾਈ ਦੂਜਾ ਸੂਆ ਸੁਣਦੀ ਆ ਦੂਜਾ ਸੂਆ ਢਿੱਲ ਬਹੁਤ ਪੀੜ ਰਿਹਾ ਹਾਂ 10-12 ਦਿਨ ਰਹਿੰਦੀ ਆ ਹਲੇ ਸੁਭਾ ਦੇਖੋ ਢਿੱਲ ਬਹੁਤ ਆਰਡਰ ਦੇ ਵਿੱਚ ਇਹਦੀ ਮਿਲਕ ਕਪੈਸਿਟੀ ਕੋਈ ਇਹਨੇ 25-26 ਕਿਲੋ ਦੁੱਧ ਦਿੱਤਾ ਮੇਰੇ ਕੋਲ 25-26 ਲੀਟਰ ਅਤੇ ਹੁਣ ਕਿੰਨਾ ਪਾ ਦੋ 30 ਕਿਲੋ ਦੁੱਧ ਦੇ ਦੂ ਜੇ ਵਧੀਆ ਕੇਅਰ ਵਾਲਾ ਬੰਦਾ ਹੈ ਜੀ ਠੀਕ ਹੈ ਅਤੇ ਮੁੱਲ ਇਹਦਾ ਮੁੱਲ ਵੀਰ ਇਹਦਾ ਜਾਇਜ਼ ਜਿਵੇਂ 65,000 ਇਹ ਵੀ 65,000 ਦੀ ਚਲੋ 65,000 ਦੇ ਵਿੱਚ 25 ਤੋਂ ਅਵੱਬ ਦੁੱਧ ਦੇਣ ਵਾਲੀ ਬਹੁਤ ਵਧੀਆ ਥਾਂ ਤੁਹਾਨੂੰ ਬਹੁਤ ਵਧੀਆ ਲੱਗਿਆ ਨਾਲੇ ਕ੍ਰੌਸ ਚੈਨਲ ਦੇ ਇਹ ਹੈਗਾ ਆਪਣਾ 8ਵਾਂ ਨੰਬਰ 65,000 ਦੇ ਵਿੱਚ ਅਤੇ ਅੱਗੇ ਰਹਿ ਗਿਆ 9ਵਾਂ ਅਤੇ 10ਵਾਂ ਅਤੇ ਬਾਈ ਜੀ ਦੋਨੇ ਬੜਾ ਕੱਚੀਆਂ ਨੇ ਠੀਕ ਆ ਤਾਂ ਫੁੱਲ ਪਿਓਰ 'ਚ ਆ ਗਈਆਂ ਜਿਵੇਂ ਕੁਆਲਿਟੀ 'ਚ ਨੇ ਫੁੱਲ 'ਚ ਠੀਕ ਹੈ ਇਹਨੇ ਤਾਂ ਮੰਨ ਕੇ ਦੁੱਧ ਤਾਂ 42-43 ਕਿਲੋ ਪਲੂਨ ਨੇ ਇਹਦਾ ਟਾਈਮ ਥੋੜਾ ਕਿੰਨਾ ਬਾਕੀ ਪੈਣਾ ਟਾਈਮ ਵੀਰੇ ਦੋਨਾਂ ਬੜਾ ਦੇ ਮੰਨ ਕੇ ਚੱਲੋ ਵੀ ਮਹੀਨਾ ਪਿਆ ਤੇ 45 ਲੀਟਰ ਤੋਂ ਚੋਇਆ ਹੋਇਆ ਪਹਿਲਾਂ ਹਾਂ ਵੀਰੇ ਇਹਦਾ ਦੁੱਧ ਚੋਇਆ ਹੋਇਆ ਆ ਬੱਚੀ ਨੇ ਕੱਢਿਆ 52-53 ਲੀਟਰ ਦੁੱਧ ਇਹ ਵੀ ਪੂਰੀ ਵੱਡੀ ਆ ਗਈ ਨੇ ਹਾਂ ਜੀ ਹਾਂ ਵੀਰੇ ਬਹੁਤ ਜ਼ਿਆਦਾ ਨੀਚੇ ਮੰਨ ਕੇ ਇੱਦਾਂ ਆਪਾਂ ਦੇਖੋ ਝੂਠ ਬੋਲ ਕੇ ਕਦੇ ਵੇਚੀ ਨਹੀਂ ਨਾ ਵੇਚਣੀਆਂ ਨੀਚੇ ਉਹਦੇ ਜੇ ਕੋਈ ਥਣ ਖਿੱਚੂਗਾ ਆਰਡਰ ਦੇ ਹਿਸਾਬ ਨਾਲ ਲੱਗੂ ਵੀ 15-20 ਦਿਨਾਂ 'ਚ ਤਿਆਰ ਹੋ ਜੂ ਦੇਖ ਲਓ ਕੁਆਲਿਟੀ ਦੇਖ ਲਓ ਆਰਡਰ ਦੇ ਹਿਸਾਬ ਨਾਲ ਠੀਕ ਹੈ ਵੀ ਅਗਲਾ ਕਹੂਗਾ ਵੀ ਸਟਾਰਟ ਕਰ ਰੱਖਿਆ ਆਰਡਰ ਬਣਾਉਣਾ ਬਿਲਕੁਲ ਗੂੰਦ ਮਾਰਦੀ ਇੱਕ ਟਾਈਮ ਹੁੰਦਾ ਹੈਗਾ ਵੀ ਅਗਲਾ ਕਹਿੰਦਾ ਦੁੱਧ ਮਾਰਦੀ ਹੈ ਜਿੱਦਾਂ ਠੀਕ ਹੈ ਸੁਰੇ ਸੀਗੀ 10ਵਾਂ ਨੰਬਰ 9ਵਾਂ ਤੇ 10ਵਾਂ ਫਿਰ ਇਹਨਾਂ ਦਾ ਮੁੱਲ ਦਾ ਫੋਨ ਦੀ ਕਰਨਾ ਹਾਂ ਫੋਨ ਤੇ ਕਰ ਲਾਂਗੇ ਕੱਚੀਆਂ ਜਾਂਦੇ ਹਨ ਹਾਂ ਬਰੀਡ ਕੁਆਲਿਟੀ ਦੇਖ ਲਓ ਸੁਰੇ 9ਵਾਂ 10ਵਾਂ ਨੰਬਰ ਦੇਖ ਸਕਦੇ ਹੋ ਕੱਚੀਆਂ ਹੈਗੀਆਂ ਇਹ ਤੇ ਮਹੀਨਾ ਸੂਣ ਚ ਪੈਣੀਆਂ ਪੂਰੀਆਂ ਵੱਡੀਆਂ ਬੈੜਾ ਜਮਾ ਇਹਨਾਂ ਦੇ ਬਰੀਡਿੰਗ ਵਾਲੀਆਂ ਬੈੜਾ ਇਹ ਬਰੀਡ ਤਿਆਰ ਕਰ ਸਕਦੇ ਆ ਤੇ ਬਾਕੀ ਦੇਖ ਸਕਦੇ ਆ ਢੂਹ 'ਚ ਕੋਈ ਲੇਦਾ ਪਾਣ ਨਹੀਂ ਬਿਲਕੁਲ ਸਿੱਧੀ ਰੀਲ ਦੀ ਹੱਡੀ ਜਾਂਦੀ ਪਈ ਇਹਨਾਂ ਦੀ ਅਤੇ ਵੱਡੀਆਂ ਬੈੜਾ ਜਮਾ ਨਾਟਕ ਟਰੈਕਟਰ ਵਰਗੀਆਂ ਹੈਗੀਆਂ ਇਹ ਸੀਗਾ 9ਵਾਂ ਅਤੇ 10ਵਾਂ ਨੰਬਰ ਸੁਭਰਾ ਅੱਜ ਆਪਾਂ ਸਾਨੂੰ 10 ਨਾਗ ਟੋਟਲ ਦਿਖਾ ਚੁੱਕੇ ਹਾਂ 9ਵਾਂ 10ਵਾਂ ਕੱਚੇ ਆ ਅਤੇ ਬਾਕੀ ਮੰਨ ਕੇ ਚੱਲੋ ਆ 10-12-5-7 ਦਿਨ ਦੇ ਵਿੱਚ ਤਿਆਰ ਆ ਸਾਹੀਵਾਲ ਗਰਲੈਂਡੋ ਅਤੇ ਪਹਿਲੇ ਦੇ ਕਰੋਸ 10 ਨਾਗ ਦਿਖਾ ਚੁੱਕੇ ਹਾਂ ਪਿੰਡ ਲੋਹਾ ਖੇੜਾ ਡਿਸਟ੍ਰਿਕਟ ਸੰਗਰੂਰ ਆ ਗਿਆ ਨਾਂ ਵੀਰ ਦਾ ਪ੍ਰਦੀਪ 95-308-019-50 ਵੀਰ ਦਾ ਮੋਬਾਈਲ ਨੰਬਰ ਆ 5 ਤਰੀਕ ਨੂੰ ਵੀਡੀਓ ਕਵਰ ਕੀਤੀ ਹੈ ਸੋ ਕਿਸੇ ਵੀ ਵੀਰ ਦੇ ਕੋਈ ਵੀ ਨਾਗ ਪਸੰਦ ਹੋਵੇ ਤਾਂ ਦਿੱਤੇ ਗਏ ਨੰਬਰਾਂ 'ਤੇ ਕੰਟੈਕਟ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਬਣੇ ਰਹੇ ਆਪਣੇ ਯੂਟਿਊਬ ਚੈਨਲ 'ਤੇ ਲੋੜੇ ਵੀ ਫਾਰਮ ਬਰਨਾਲਾ ਦੇ ਨਾਲ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ